ਮੈਂ ਛੋਟਾ ਹੁੰਦਾ ਸੀ, ਮੈਨੂੰ ਗੁੱਲੀ ਡੰਡਾ ਖੇਡਣ ਦਾ ਬੜਾ ਸ਼ੌਕ ਹੁੰਦਾ। ਅੱਛਾ, ਤੈਨੂੰ ਵੀ ਪਤਾ ਤੂੰ ਵੀ ਖੇਡਦਾ ਰਿਹਾ ਮੇਰੇ ਨਾਲ ਗੁੱਲੀ ਡੰਡਾ, ਉਦੋਂ ਤੂੰ ਹੈ ਨੀ ਸੀ ਮੇਰਾ ਖਿਆਲ ਨਾਲ। ਮੈਂ ਮਾਰਿਆ ਢੁੱਲ ਠਾ, ਗੁੱਲੀ ਗਈ ਜਾ ਕੇ ਇੱਕ ਬਜ਼ੁਰਗ ਦੇ ਨਾ ਗਿੱਟੇ ਦੇ ਵੱਜੀ। ਅੱਛਾ, ਬਜ਼ੁਰਗ ਆ ਗਿਆ, ਅਵੇ ਤੇਰਾ ਕੱਖ ਨਾ ਰਹਿ, ਮੈਂ ਪਤਾ ਨੀ ਘਰ ਬੱਚੇ ਜੰਮ ਜੰਮ ਕੇ ਬਾਹਰ ਭੇਜੀ ਜਾਂਦੇ ਨੇ, ਘਰ ਬੈਠਦੇ ਨੀ, ਕੋਈ ਕ੍ਰਿਕਟ ਖੇਡ ਲਓ, ਕੋਈ ਹੋਰ ਚੀਜ਼ ਖੇਡ ਲਓ, ਗੁੱਲੀ ਡੰਡਾ ਕਾਹਨੂੰ ਖੇਡਦੇ, ਗੁੱਲੀ ਨਾਲ ਅੱਖ ਨਿਕਲ ਜਾਂਦੀ ਹੈ, ਇੰਨੀ ਜ਼ੋਰ ਦੀ ਮੇਰੇ ਗਿੱਟੇ ਤੇ ਗੁੱਲੀ ਮਾਰੀ ਹੈ ਤੋਂ, ਤੇ ਜੇ ਮੇਰੀ ਅੱਖ ਨਿਕਲ ਜਾਂਦੀ ਤਾਂ ਫੇਰ ਮੈਂ ਕਿਹਾ ਪਾਪਾ ਜੀ ਕਮਾਲ ਹੈ, ਤੁਹਾਡੇ ਗਿੱਟੇ ਤੇ ਲੱਗੀ ਗੁੱਲੀ ਤੇ ਤੁਹਾਡੀ ਅੱਖ ਕਿੱਥੋਂ ਨਿਕਲ ਜਾਂਦੀ, ਗਿੱਟਾ ਕਿੱਥੇ, ਗੁੱਲੀ ਕਿੱਥੇ, 7 ਫੁੱਟ ਤੁਹਾਡਾ ਕੱਦ ਲੰਬਾ ਸੀ ਭਾਈ ਅਬੋ। ਅੱਛਾ, ਇੰਨੀ ਦੂਰ ਤੁਹਾਡੀ ਅੱਖ, ਤੁਹਾਡੀ ਅੱਖ ਕਿੱਥੋਂ ਨਿਕਲ, ਉਹ ਕਹਿੰਦੇ ਸ਼ੁਕਰ ਕਰ ਰੱਬ ਦਾ, ਸ਼ੁਕਰ ਕਰ ਕਿ ਰੱਬ ਨੇ ਅੱਖਾਂ ਇੱਥੇ ਲਾਈਆਂ, ਜੇ ਮੇਰੀ ਅੱਖ ਕਿਤੇ ਗਿੱਟੇ ਤੇ ਲੱਗੇ ਹੁੰਦੀ ਨਾ ਅੱਖ ਗਈ ਸੀ ਨਾ। Mm-hmm.